छोटे बच्चे घर नहीं मैटर करते जिन्हें दुनिया ते छोड़ा ओह चाहिए जिहड़े काम दुनिया तो सालां विच हुंदे नहीं देख किवें महीनियां दे विच करी बैठे आ सत श्री अकाल जी आई होप तुसीं सारे ठीक होवोगे सो वीडियो लैके आए हाँ जी शाह बाई का आया सोंग फेस तो बाई की आवाज़ जी है सिद्धू मूसे वाले बाई नाल मिलती है तो देखना करते हैं किहो जिहा सोंग आया इन्हां दा फ्लड सोंग आया सी ते वह भी बहुत प्यारे कह लिए धाकड़ लिरिक्स लिखे सी ते फेस सोंग दे विच किवें दी गलबात हुंदी है आओ देखना करते हैं छोटे वड्डे घर नहीं मैटर करते जिन्हें दुनिया ते छाणा हुंदा छाई जांदे आ गल खरी लिखी बाई ने लिरिक्स देखो यार सही गल है कि छोटे वड्डे घर मैटर नहीं करते होंगे जिन्हें दुनिया ते छाणा हुंदा ना ते सच्ची याद रखियो छाई जांदे होंदे आ बाद च उही छोटे घर अगले महल बना के दिखा देंदे फिर देखिया सी ना सिद्धू मूसे वाले की जे गल करिए कि छोटे छोटे वो माँ कहती कह लिए कि सिद्धू मूसे वाले कई हंकारी बहुत कहते होंगे सी कि वो इधर होमे है मैं इस तरह करता इस तरह बोलता इस तरह के लिरिक्स है तो वो माँ ने बड़ी वधिया प्यारी गल की सी कि जिहड़ा दो कमरिया के उठ के महलों वालों अखा कढ़न लग जाते ना तो आटोमैटिकली हंकार आ ही जाता अंदर हंकार नहीं होंगे वो एक किसी की तड़पन नहीं होंगी कह जाती है जिस तरह सिद्धू मूसे वाले ने गाया सी ना अपने गाने दे विच चंगा चुंगा बन लई नहीं आया नहीं मैं जग ते लंडूआं नूं पाड़ लई नहीं होया मैं डिजाइन कि गल उत्थे छोटे मोटे घर मैटर करते जिन्हें दुनिया ते छाणा हुंदा छाई जांदे ते सच्ची बाई गल खरी है जिन्हें अंदर टैलेंट है ना जिदे अंदर दम है जिदे अंदर तड़ है वो छा के दिखा दिंदा हुंदा वो फिर महलां वालियां नूं अखां कढ के दिखा दिंदा हुंदा सिख लियो भाई बड़ा कुछ फेस बीबा करी बैठे नी इथे ता बैठे नी इथे ता बैठे बड़ा कुछ फेस बीबा करी बैठे नी इथे ता बैठे नी इथे ता बैठे यार बाई का सोंग तो सच्ची गाई बाई ने गल की थी कि बड़ा कुछ फेस किया
ਕਿ ਬੜੀ ਕਹਿ ਲਈਏ ਕਿ ਬੜੀ ਚੀਜ਼ ਆਪਣੇ ਜੀਵਨ ਦੇ ਵਿੱਚ ਦੇਖਣੇ ਪੈਂਦੇ ਨੇ, ਹਾਲਾਤ ਜਿਹੜੇ ਆਪਣੇ ਫੇਸ ਕਰਨੇ ਪੈਂਦੇ ਨੇ, ਜਿਹੜੇ ਔਖੇ ਸੌਖੇ ਵੇਲੇ ਲੋਕਾਂ ਦੇ ਤਾਹਨੇ ਮਿਲਣੇ, ਲੋਕਾਂ ਦੀ ਹੇਟ, ਲੋਕਾਂ ਦਾ ਬੜਾ ਕੁਝ, ਕਹਿੰਦਾ ਇੱਥੇ ਤਾਂ ਬੈਠੇ ਹਾਂ, ਬੜਾ ਕੁਝ ਆਪਣੇ ਜੀਵਨ ਦੇ ਵਿੱਚ ਫੇਸ ਕੀਤਾ ਹੈ, ਦੁੱਖਾਂ ਨੂੰ ਕਈਆਂ ਨੇ ਹੰਢਾਇਆ ਹੁੰਦਾ ਤਾਂ ਇੱਥੋਂ ਤੱਕ ਆਪਣੇ ਲੈਵਲ ਤੱਕ ਪਹੁੰਚਦੇ ਹੁੰਦੇ ਨੇ। ਯਾਦ ਰੱਖਿਓ, ਕਈਆਂ ਦੇ ਘਰਾਂ ਦੀਆਂ ਪਰਮਿਸ਼ਨਾਂ ਨਹੀਂ ਹੁੰਦੀਆਂ ਕਿ ਇਸ ਲਾਈਨ ਨੂੰ ਜੁਆਇਨ ਕਰਨਾ, ਇਸ ਲਾਈਨ ਦੇ ਵਿੱਚ ਪੈਣਾ। ਕਈ ਇਹੋ ਜਿਹੇ ਸਿੰਗਰ ਸੱਚੀ ਜਾਣੇ ਉਹ ਹੈਗੇ ਨੇ ਜਿਨ੍ਹਾਂ ਨੂੰ ਘਰ ਦੇ ਕਈ ਵਿਹਲੜ ਬੜਾ ਕੁਝ ਇਹ ਚੀਜ਼ਾਂ ਵੀ ਕਹਿੰਦੇ ਹੁੰਦੇ ਸੀ, ਪਰ ਉਹ ਆਪਣਾ ਮਕਸਦ ਕੱਢ ਕੇ ਇੱਕ ਐਸਾ ਰੁਤਬਾ ਜਦੋਂ ਕਾਇਮ ਕਰਦੇ ਨੇ ਅਤੇ ਘਰ ਦੇ ਵੀ ਫਿਰ ਅੱਗੇ ਕਹਿ ਦਿੰਦੇ ਕਿ ਪੁੱਤ ਜਿਹਨੂੰ ਨਿਕੰਮਾ ਸਮਝਦੇ ਸੀ ਅੱਜ ਉਹੀ ਹੀਰਾ ਨਿਕਲ ਕੇ ਦਿਖਾ ਦਿੰਦਾ। ਮੇਨ ਗੱਲ ਇਹ ਹੈ ਕਿ ਤੁਹਾਡੀ ਕੁਆਲਿਟੀ ਕਿਹੜੀ ਹੈ, ਤੁਸੀਂ ਆਪਣੇ ਗੁਣ ਨੂੰ, ਕੁਆਲਿਟੀ ਨੂੰ ਪਹਿਚਾਣੋ, ਉਸ ਚੀਜ਼ ਨੂੰ ਪ੍ਰੋਫੈਸ਼ਨਲ ਕਰੋ, ਅਤੇ ਹੋ ਸਕਦਾ ਉਸ ਪ੍ਰੋਫੈਸ਼ਨਲ ਕਰਨ ਵਾਸਤੇ ਤੁਹਾਨੂੰ ਰਸਤੇ ਦੇ ਵਿੱਚ ਬੜਾ ਕੁਝ ਫੇਸ ਕਰਨਾ ਪਵੇ, ਬੜੀਆਂ ਔਕੜਾਂ ਵੀ ਆਉਣੀਆਂ ਪੈਂਦੀਆਂ ਨੇ। ਬਾਈ ਨੇ ਸੱਚੀ ਕਿਹਾ ਕਿ ਕਿਸੇ ਨੂੰ ਬਾਈ ਨੇ ਕਾਪੀ ਨਹੀਂ ਕੀਤਾ, ਪਰ ਬਸ਼ੱਕ ਦਿੱਤੀ ਬਾਈ ਦੀ ਇਹ ਗੱਲ ਬਿਲਕੁਲ ਠੀਕ ਹੈ ਕਿ ਬਾਈ ਦੇ ਆਪਣੇ ਲਿਰਿਕਸ ਲਿਖਦੇ ਨੇ, ਵਧੀਆ ਗਾਣੇ ਨੇ, ਸਭ ਕੁਝ, ਪਰ ਵੋਇਸ ਥੋੜ੍ਹੀ ਜਿਹੜੀ ਹੈ ਨਾ ਸਿੱਧੂ ਮੂਸੇਵਾਲਾ ਸੱਚੀ ਬਾਈ ਦੀ ਮਿਲਦੀ ਹੈ। ਬਾਈ ਬਹੁਤ ਸੋਹਣੀ ਗੱਲ ਹੈ ਯਾਰ, ਇਹ ਕੋਈ ਕਾਪੀ ਨਹੀਂ ਹੈ, ਇਹ ਬਾਈ ਦੀ ਵੀ ਇੱਕ ਯੁਰਤ ਹੈ। ਇਸ ਤਰੀਕੇ ਦੇ ਨਾਲ ਗਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ, ਕਿਉਂਕਿ ਉਹ ਵੀ ਸਿੱਧੂ ਮੂਸੇਵਾਲਾ ਜਿਹਦੇ ਵਰਗਾ ਕੋਈ ਗਾ ਨਹੀਂ ਸਕਦਾ ਸੀ ਯਾਰ, ਜਿਹਦੇ ਵਰਗਾ ਕੋਈ ਬਣ ਨਹੀਂ ਸਕਦਾ, ਅਤੇ ਸੱਚੀ ਉਹਦੇ ਵਰਗਾ ਨਹੀਂ ਭਾਵੇਂ ਬਣਿਆ ਜਾਣਾ, ਪਰ ਸੱਚੀ ਇੱਕ ਵੋਇਸ ਜਿਹੜੀ ਹੈ ਇੱਕ ਮੈਚਿੰਗ ਕਰਦੀ ਹੈ ਕਿਤੇ ਨਾ ਕਿਤੇ ਬਾਈ ਦੀ ਸਿੱਧੂ ਮੂਸੇਵਾਲੇ ਦੇ ਨਾਲ। ਅਤੇ ਵਿੱਚੇ ਬਾਈ ਨੇ ਕਈਆਂ ਨੂੰ, ਹੋ ਸਕਦਾ ਮੈਨੂੰ ਲੱਗਦਾ ਹੈ ਕਿ ਗੱਲ ਕੰਪਨੀਆਂ ਦੀ ਗੱਲ ਕੀਤੀ ਹੈ ਕਿ ਕਈ ਕੰਪਨੀ ਵਾਲੇ ਤਾਂ ਬੰਦਾ ਖਾ ਹੀ ਜਾਂਦੇ ਆ, ਕਈ ਕੰਪਨੀਆਂ ਵਾਲੇ ਕਹਿ ਲਈਏ ਕਿ ਕੰਟਰੈਕਟ ਕਰ ਲੈਂਦੇ ਨੇ ਉਸ ਚੀਜ਼ਾਂ ਦਾ, ਬਾਅਦ 'ਚ ਉਸ ਬੰਦੇ ਨੂੰ ਖਾ ਨੋਚ ਨੋਚ ਕੇ ਖਾਂਦੇ ਨੇ। ਜੇ ਤੁਹਾਨੂੰ ਲੱਖ ਦਿੱਤਾ ਹੈ ਨਾ ਤਾਂ ਤੁਹਾਡੇ ਕੋਲੋਂ ਕਹਿ ਲਈਏ ਕਿ 10-20 ਲੱਖ ਕੱਢਣਗੇ, ਜੇ ਕਰੋੜ ਦਿੱਤਾ ਹੈ ਤਾਂ 10 ਕਰੋੜ ਕੱਢਣਗੇ ਤੁਹਾਡੇ ਕੋਲੋਂ, ਇਸ ਤਰ੍ਹਾਂ ਖਾਂਦੇ ਆ ਫਿਰ ਯਾਰ। ਇਹ ਗੱਲ ਕਈ ਸੱਚੀ, ਹਰ ਕੋਈ ਕੰਪਨੀਆਂ ਮਾੜੀਆਂ ਵੀ ਨਹੀਂ ਹੁੰਦੀਆਂ, ਪਰ ਕਈ ਕੰਪਨੀਆਂ ਇਹੋ ਜਿਹੀਆਂ ਨੇ ਜਿਹਨੇ ਬੰਦੇ ਨੂੰ ਨੋਚ ਨੋਚ ਕੇ ਖਾ ਵੀ ਜਾਂਦੇ ਆ। ਸੱਚੀ ਗੱਲ ਹੈ, ਇਹ ਕੋਈ ਮਾੜੀ ਗੱਲ ਨਹੀਂ ਹੈ, ਅਤੇ ਗੱਲ ਬਾਈ ਨੇ ਸਹੀ ਖਰੀ ਕੀਤੀ ਹੈ। ਇਸ ਕਰਕੇ ਜਦੋਂ ਤੋਂ ਮੈਂ ਆਹ ਗੱਲ ਸਿੱਧੂ ਮੂਸੇਵਾਲੇ ਬਾਈ ਦੀ ਬਹੁਤ ਵਧੀਆ ਲੱਗੀ, ਜਦੋਂ ਤੋਂ ਬਾਈ ਨੇ ਆਪਣੇ ਓਫੀਸ਼ੀਅਲ ਚੈਨਲ 'ਤੇ ਆਪਣੇ ਚੈਨਲ 'ਤੇ ਅਪਲੋਡ ਸਭ ਕੁਝ ਕਰਨਾ ਕੀਤਾ, ਅਤੇ ਸੱਚੀ ਉਸ ਦਿਨ ਤੋਂ ਬਾਈ ਦਾ ਰੁਤਬਾ ਦਿਨੋਂ ਦਿਨ ਵੱਧਦਾ ਗਿਆ ਯਾਰ। ਅਤੇ ਬਣਿਆ ਨੇ ਉਹ ਸਿੱਧੂ ਮੂਸੇਵਾਲੇ ਵੱਲ ਕਈਆਂ ਵੱਲ ਵੇਖ ਕੇ, ਅਤੇ ਬਣਿਆ ਨੇ ਚੈਨਲ ਵੀ ਆਪੋ ਆਪਣਿਆਂ 'ਤੇ ਬਣਾਉਣੇ ਸਟਾਰਟ ਕਰ ਦਿੱਤੇ, ਕੰਪਨੀਆਂ ਨੂੰ ਛੱਡ ਕੇ ਆਪਣੇ ਓਫੀਸ਼ੀਅਲ ਚੈਨਲ 'ਤੇ ਗਾਣੇ ਅਪਲੋਡ ਕਰਨੇ ਸਟਾਰਟ ਕਰਦੇ ਸੀ। ਸੋ ਜ਼ਰੂਰਤ ਹੈ ਬਾਈ, ਆਪਣੇ ਦਮ 'ਤੇ ਖੜ੍ਹੇ ਹੋ, ਆਪਣੀ ਤੜਪ ਰੱਖਿਓ, ਬੜਾ ਕੁਝ ਫੇਸ ਕਰਨਾ ਪਵੇਗਾ, ਬੜਾ ਕੁਝ ਕਹਿ ਲਈਏ ਕਿ ਹੇਟ ਵੀ ਫੇਸ ਕਰਨੀ ਪਵੇਗੀ, ਅਤੇ ਤੁਹਾਨੂੰ ਪੋਜ਼ਿਟਿਵਿਟੀ ਵੀ ਫੇਸ ਕਰਨੀ ਪਵੇਗੀ, ਸਿਫਤ ਵੀ ਤੁਹਾਡੇ ਅੱਗੇ ਆ ਗਈ, ਅਤੇ ਤੁਹਾਡਾ ਵਿਰੋਧ ਵੀ ਹੋਵੇਗਾ, ਬਹੁਤ ਕੁਝ ਫੇਸ ਕਰਨਾ ਪੈਂਦਾ ਹੈ, ਪਰ ਆਪਣੇ ਆਪ ਦੀ ਮੈਂਟੈਲਿਟੀ ਨੂੰ ਐਂ ਕਹਿ ਲਈਏ ਉੱਚੇ ਹਾਈ ਲੈਵਲ ਦਾ ਬਣਾ ਕੇ ਚੱਲਦੇ ਰਹੋ, ਬਸ ਜੋ ਤੁਹਾਨੂੰ ਠੀਕ ਲੱਗਦਾ ਉਹ ਕਰਿਓ। ਕਹਿ ਲਈਏ ਕਿ ਉਹ ਨਾ ਸੋਚਿਓ ਕਿ ਸਭਸੇ ਬੜਾ ਹੈ ਰੋਗ, ਕਿਆ ਕਹੇਗੇ ਲੋਕ, ਲੋਕ ਤਾਂ ਚੰਗਿਆਂ ਨੂੰ ਵੀ ਮਾੜਾ ਕਹੀ ਜਾਂਦੇ ਨੇ, ਅਤੇ ਮਾੜਿਆਂ ਨੂੰ ਵੀ ਮਾੜਾ ਕਹੀ ਜਾਣਾ ਉਹਨਾਂ ਨੇ। ਤੁਸੀਂ ਆਪਣੀ ਜਗ੍ਹਾ 'ਤੇ ਚੰਗੇ ਹੋ ਜਾਂ ਮਾੜੇ ਹੋ, ਇਹ ਤੁਹਾਡਾ, ਜਿਵੇਂ ਕਹਿੰਦਾ ਨਾ ਸਿੱਧੂ ਮੂਸੇਵਾਲਾ ਕਿ ਮੇਰਾ ਰੱਬ ਜਾਣਦਾ। ਸੋ ਬਹੁਤ ਪਿਆਰਾ ਬਾਈ ਦਾ ਸੌਂਗ, ਆਪ ਵੀ ਦੱਸਣਾ ਕਰਨਾ ਆਪ ਨੂੰ ਸੌਂਗ ਕਿਵੇਂ ਦਾ ਲੱਗਾ, ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੀ ਹੋਈ, ਸਤਿ ਸ਼੍ਰੀ ਅਕਾਲ, ਬਾਏ ਬਾਏ।